ਤੇ ਮੈਂ ਮੀਆਂ ਜ਼ੀਸ਼ਾਨ ਐਮਐਨਏ ਦੇ ਉਮੀਦਵਾਰ ਨਾਲ ਗੱਲ ਕਰਨਾ ਪਈ ਐਮਪੀਏ ਦੇ ਉਮੀਦਵਾਰ ਨਾਲ ਇੱਕ ਦੋ ਮਾਸੂਮਾਨਾ ਸਵਾਲ ਹਨ ਪਹਿਲਾ ਮੀਆਂ ਸਾਹਿਬ ਇੱਕ ਦਿਨ ਹਲਕਾ ਬੰਦੀ ਨਵੀਂ ਥਈ ਹੈ ਉਹਦੇ ਤੇ ਤੁਹਾਡਾ ਕੀ ਮੌਕਫ ਹੈ ਅੱਛਾ ਸਾਬਕਾ ਹਲਕਾ ਬੰਦੀ ਬਾਕੀ ਜਿਹੜੀ ਨਵੀਂ ਹੈ ਉਹੀ ਬਸ ਸੇਵਦਾਰੀ ਹੈ ਨਵੇਂ ਹਲਕੇ ਸਾਰੇ ਵਾਸਤੇ ਇਹ ਹਲਕਾ ਬੰਦੀ ਉਵੇਂ ਹੀ ਚੰਗੀ ਹੈ ਜਿਵੇਂ ਕਸਬਾ ਗੁਜਰਾਤ ਕੱਟਿਆ ਗਿਆ ਤੇ ਸ਼ੇਖ ਉਮਰ ਕੱਟਿਆ ਗਿਆ ਔਰ ਤੁਹਾਡੇ ਮੈਜੋਰਿਟੀ ਇਲਾਕੇ ਵਾਪਸ ਆ ਗਏ अपने जिंदगी इंतखाबात एमपीए ते लड़े वे और आइटम जरा ट्रेंड है तुम्हारे वोटर्स का नजर आता पे एन ते वे पे सारे देखने लगे जरूर दस इलेक्शन लड़ते पे निकल गया।